आगामी एमसी के चुनाव को लेकर नेशनल 18 न्यूज के संवाददाता जसमीत सिंह संधू ने सीनियर कांग्रेस लीडर सुरजीत पाल सिंह से आने वाले चुनाव को लेकर उनसे चर्चा की। चर्चा के दौरान उन्होंने चुनाव के बीच उनका चुनाव को लेकर एजेंडा जाना, क्या कुछ उन्होंने बताया, आइए सुनते हैं। नेशनल 18 न्यूज दे विच थोड़ा सा स्वागत है जी। ਸਾਡੇ ਨਾਲ ਹੁਣ ਸੁਰਜੀਤ ਸਿੰਘ ਪਾਲ ਜੀ ਜੋ ਕਿ ਸੀਨੀਅਰ ਕਾਂਗਰਸੀ ਆਗੂ ਨੇ। ਨਮਸਕਾਰ ਸਰ। ਥੈਂਕ ਯੂ ਸਰ। ਸਰ ਜਿਵੇਂ ਹੁਣ ਇੱਥੇ ਇਲੈਕਸ਼ਨਾਂ ਆ ਰਹੀਆਂ ਨੇ, ਤੁਹਾਡਾ ਉਹਨਾਂ ਨੂੰ ਲੈ ਕੇ ਕੀ ਏਜੰਡਾ ਜੀ? ਸਾਡਾ ਜੀ ਉਹਨਾਂ ਨੂੰ ਲੈ ਕੇ ਏਜੰਡਾ ਜੀ, ਅਸੀਂ ਜਿਹੜੇ ਆਪਣੇ ਅਕਾਲੀ ਦਲ ਸਰਕਾਰ ਦੇ ਵਿੱਚ ਸਾਡੇ ਕੋਈ ਕੰਮ ਨਹੀਂ ਹੋਇਆ ਹੈਗਾ, ਗਲੀਆਂ ਨਾਲੀਆਂ ਸਾਰੀਆਂ ਟੁੱਟੀਆਂ ਫੁੱਟੀਆਂ ਰਹੀਆਂ, ਅਤੇ ਹੁਣ ਸਾਡੀ ਸਰਕਾਰ ਆਏਗੀ ਸਾਨੂੰ ਪੱਕੀ ਉਮੀਦ ਹੈ, ਆਵਾਂਗੇ ਆਵਾਂਗੇ, ਅਤੇ ਅਸੀਂ ਜਿਹੜੇ ਪੇਂਡਿੰਗ ਕੰਮ ਰਹਿੰਦੇ ਕੁਛ ਕਰਵਾਤੇ ਅਤੇ ਕੁਛ ਕਰਵਾਵਾਂਗੇ। ਤੁਹਾਨੂੰ ਸਰ ਕਿਵੇਂ ਲੱਗਦਾ, ਤੁਸੀਂ ਕਿੰਨੀ ਕੁ ਲੀਡ ਕਰੋਗੇ ਜੀ ਇਸ ਵਾਰ ਇੱਥੇ ਏਰੀਏ 'ਚ? ਇਸ ਵਾਰ ਅਸੀਂ ਫੁੱਲ ਲੀਡ 'ਤੇ ਆਵਾਂਗੇ ਜੀ, ਵੱਧ ਤੋਂ ਵੱਧ ਲੀਡ ਤੋਂ ਆਵਾਂਗੇ।